नशे की तस्करी इतनी ज़्यादा बढ़ गई है कि आए दिन कभी बॉर्डर पर ड्रग्स ड्रोन पकड़े जा रहे हैं तो कहीं विदेशों से नशे की सप्लाई करवाई जा रही है। अब ऐसा ही एक और बड़ा मामला सामने आया है जहां मोहाली के गांव धराली सेक्टर 101 में पुलिस ने रंगे हाथों नशा तस्कर करने वाले और खरीदने वाले लोगों को गिरफ्तार कर लिया है। बता दें कि पिछले कुछ वक्त से इस गाँव में बेखौफ नशा बेचा जा रहा था और खरीदा जा रहा था, जिससे गांव के लोग बहुत परेशान हो रहे थे और आखिरकार उन्होंने नशा तस्करी को रुकवाने के लिए पुलिस को सूचना दे दी, जिसके चलते पुलिस ने बहुत ही समझदारी और होशियारी से इन नशा तस्करों को और खरीदने वाले लोगों को गिरफ्तार कर लिया है। आपको बता दें कि इस गिरोह में एक महिला भी शामिल थी जिसे गिरफ्तार कर लिया गया है और पुलिस द्वारा नशा तस्करों से नशीली दवाइयाँ बरामद कर ली गई हैं और आगे की कार्रवाई की जा रही है। 8-9 टोटल ऐसे ही बंदे राउंड अप किए हैं जैसे फिर सर पिंड के ने 8-9 जा ਇਹਦੇ ਵਿੱਚ ਕੁਛ ਕ ਪਿੰਡ ਦੇ ਵੀ ਹੈ ਜਿੱਦਾਂ ਕੀ ਕਹਿੰਦੇ ਅਵਤਾਰ ਦੀ ਵਾਈਫ ਤੇ ਉਹਦਾ ਬੇਟਾ ਤੇ ਉਹਨਾਂ ਬਾਕੀ ਵੀ ਜਿਹੜੇ ਆ ਕੁਛ ਇੱਕ ਮੁੰਡਾ ਹੋਰ ਹੈ ਸਤਵੀਰ ਤੇ ਬਾਕੀ ਜਿਹੜੇ ਕੁਛ ਬਾਹਰੋਂ ਵੀ ਨਸ਼ਾ ਤਸਕਰ ਕਹਿੰਦੇ ਨੇ ਬਰਾਮਦਗੀ ਹੋਈ ਜਾਣਾ ਹੁਣ ਕਹਿੰਦੇ ਨਸ਼ਾ ਲੈਣ ਆਏ ਸੀਗੇ ਅਸੀਂ ਹੁਣੇ ਇਹਦੇ ਤੁਹਾਨੂੰ ਦੱਸ ਸਾਰਾ ਕੁਛ ਅਸੀਂ ਮੀਡੀਆ ਰਾਹੀਂ ਅੱਜ ਬਰੀਫ ਕੀਤਾ ਜਾਊ ਠੀਕ ਹੈ ਜੀ ਮੌਕੇ 'ਤੇ ਆਏ ਕੀ ਉਹ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਿੰਨੇ ਮੁੰਡੇ ਅੰਦਰ ਹੋਏ ਬੇਸਿਕਲੀ ਅਸੀਂ ਸਾਰੇ ਜਦੋਂ ਮੈਨੂੰ ਇਹਦਾ ਕਰਮਜੀਤ ਅਤੇ ਆਪਣਾ ਪ੍ਰਦੀਪ ਦਾ ਫੋਨ ਆਇਆ ਸੀਗਾ ਵੀ ਕੀ ਕਹਿੰਦੇ ਤੁਸੀਂ ਵੀ ਸਾਡੇ ਪਿੰਡ ਕੋਈ ਬੰਦੇ ਆਏ ਆ ਉਹਨਾਂ ਨੂੰ ਅਸੀਂ ਘੇਰਿਆ ਹੋਇਆ ਵੀ ਤੁਸੀਂ ਪਹੁੰਚੋ ਅਸੀਂ ਉਸ ਰਿਗਾਰਡ ਦੇ ਵਿੱਚ ਪਹਿਲਾਂ SHO ਸਾਹਿਬ ਕੀ ਕਹਿੰਦੇ SHO ਐਰੋ ਸਿਟੀ ਅਤੇ ਮੈਂ ਕੀ ਕਹਿੰਦੇ ਸੀ ਮੌਕੇ 'ਤੇ ਪੁੱਛੇ ਅਤੇ ਜਿਹੜੇ ਜਿਹੜਿਆਂ 'ਤੇ ਇਹਨਾਂ ਨੂੰ ਸ਼ੱਕ ਵੀ ਸੀ ਉਹ ਸਾਰੇ 'ਤੇ ਸਾਰੀ ਸਰਚ ਕਰਕੇ ਅਤੇ ਜੋ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਗੱਡੀ ਵੀ ਕਿੰਨੇ ਕੋਲ ਹਾਂ ਗੱਡੀ ਉਹ ਵੀ ਲੈ ਕੇ ਚੱਲੇ ਆ ਸਾਰਾ ਕੁਛ ਵੈਰੀਫਾਈ ਕਰਕੇ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਨਹੀਂ ਬੰਦੇ ਅਸੀਂ ਸਾਰੇ ਤਕਰੀਬਨ ਹੈ ਇੱਕ ਕੋਈ ਅਵਤਾਰ ਸਿੰਘ ਇਹ ਕਹਿ ਰਹੇ ਆ ਜਿਹੜੇ ਵੀ ਉਹ ਕੀ ਕਹਿੰਦੇ ਉਹਨੂੰ ਵੀ ਅਸੀਂ ਲੈਣ ਗਈ ਕਿੰਨੇ ਰਾਊਂਡ ਅਪ ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇ ਅੱਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੁਲੇ।